ਪਹਿਲੀ ਗੱਲ ਤਾਂ ਇਹ ਆ ਵੀ ਸਰਕਾਰ ਨੇ 1 ਜੁਲਾਈ ਨੂੰ ਜਿਹੜੇ 3 ਕਾਨੂੰਨ ਲਾਗੂ ਕੀਤੇ ਆ, ਜਿਹੜੇ ਕਿ ਕਾਨੂੰਨ 1947 ਤੋਂ ਪਹਿਲਾਂ ਅੰਗਰੇਜ਼ ਸਰਕਾਰ ਨੇ ਲੋਕ ਭਾਰਤੀ ਲੋਕਾਂ ਨੂੰ ਦਬਾਉਣ ਦੀ ਖਾਤਰ ਲਾਗੂ ਕੀਤੇ ਸੀ ਅਸਮਾਂ ਬੈਸਮਾਂ, ਉਹ ਹੀ ਸਕੂਲ ਕਾਨੂੰਨਾਂ ਦਾ ਇਹ ਇੱਕ ਸੁਧਰਿਆ ਰੂਪ ਆ। ਨੂੰ ਇਹ ਗੱਲ ਲੱਗ ਜਾਵੇ ਕਿ ਆਹ ਵਿਅਕਤੀ ਜਿਹੜਾ ਜਾਂ ਖਤਰਨਾਕ ਲੱਗਦਾ ਜਾਂ ਗਲਤ ਆ ਜਾਂ ਉਹਦੀ ਕਿਸੇ ਨਾ ਉਹ ਚੁਭਦੀ ਹੋਵੇ, ਉਹ ਵਿਅਕਤੀ ਵੀ ਉਸ ਵਿਅਕਤੀ ਨੂੰ ਫੜ ਕੇ ਉੱਥੇ ਪਰਚਾ ਦਰਜ ਕਰ ਸਕਦੇ, ਉਹਦੀ 90 ਦਿਨ ਲਈ ਕੋਈ ਸੁਣਵਾਈ ਨਹੀਂ। ਇਹ ਕਾਨੂੰਨ ਅੰਗਰੇਜ਼ਾਂ ਨੇ ਪਹਿਲਾਂ ਹੀ ਲਾਗੂ ਕੀਤੇ ਹੋਏ, ਸਿਰਫ ਇਹਨਾਂ ਨੇ ਆਪਾਂ ਨੂੰ ਲੋਕਾਂ 'ਚ ਲਿਜਾਣ ਦੀ ਖਾਤਰ, ਆਹ ਦੇਖੋ ਅਸੀਂ ਅੰਗਰੇਜ਼ਾਂ ਦੇ ਕਾਨੂੰਨ ਰੱਦ ਕਰਤੇ, ਹੁਣ ਅਸੀਂ ਇੰਡੀਆ ਸਰਕਾਰ ਜਿਹੜੀ ਆ ਭਾਰਤ ਦੀ ਸਰਕਾਰ ਜਿਹੜੀ ਆ ਇਹ ਕਾਨੂੰਨ ਲਾਗੂ ਕਰਨ ਜਾ ਰਹੀ ਹੈ। ਵਿਅਕਤੀ ਫੜ ਲਿਆ 15 ਦਿਨ ਲਈ ਉਹਨੂੰ ਜੇਲ੍ਹ 'ਚ ਰੱਖ ਸਕਦੇ ਸੀ, ਅਤੇ ਹੁਣ ਉਹੀ ਵਿਅਕਤੀ ਹੈ ਉਸ ਵਿਅਕਤੀ ਨੂੰ ਇੱਕ ਹੌਲਦਾਰ ਇੱਕ ਥਾਣੇਦਾਰ ਫੜ ਸਕਦਾ ਅਤੇ ਉਹ 'ਤੇ ਕੇਸ ਮੜ ਸਕਦਾ, ਅਤੇ ਉਸ ਵਿਅਕਤੀ ਨੂੰ 90 ਦਿਨ ਲਈ ਜੇਲ੍ਹ 'ਚ ਰੱਖਣਾ, ਜੇਲ੍ਹ 'ਚ ਨਹੀਂ ਵੀ ਜਾਣੀ ਥਾਣਿਆਂ 'ਚ ਉਹਦੇ ਗੇੜੇ ਖੁਆਏ ਜਾਣਗੇ। ਰਾਜਾ ਬੜਿੰਗ ਨੇ ਡਿਊਟੀ ਲਾਈ ਕੁਲਦੀਪ ਸਿੰਘ ਬੈਦ ਦੀ, ਅਸੀਂ ਕੁਲਦੀਪ ਸਿੰਘ ਬੈਦ ਨੂੰ ਮੰਗ ਪੱਤਰ ਦੇ ਕੇ ਉਹਨਾਂ ਤੋਂ ਇਹ ਆ ਜਤਾਈ ਆ ਅਤੇ ਉਹਨਾਂ ਨੂੰ ਅਖਵਾਇਆ ਕਿ ਤੁਸੀਂ ਹੂ ਹੂ ਸਾਡਾ ਇਹ ਮੰਗ ਪੱਤਰ ਲੋਕ ਸਭਾ ਜਾ ਕੇ ਪੜ੍ਹੋਗੇ ਅਤੇ ਉੱਥੇ ਗੱਲ ਰੱਖੋਗੇ। ਲੁਧਿਆਣਾ ਲਾਈਵ ਨਾਲ ਜੁੜ ਚੁੱਕੇ ਤੁਸੀਂ ਅਤੇ ਮੈਂ ਹਾਂ ਯੂਨ ਬੇਈ। ਲੁਧਿਆਣਾ ਦੇ ਡੀਸੀ ਦਫ਼ਤਰ ਦੇ ਬਾਹਰ ਭਾਰੀ ਸੰਖਿਆ ਦੇ ਵਿੱਚ ਕਿਸਾਨ ਭਾਰਤੀ ਕਿਸਾਨ ਯੂਨੀਅਨ ਨੇ ਲਾਇਆ ਧਰਨਾ। ਕਾਰਨ ਪੁੱਛ ਲੈਂਦੇ ਕੀ ਆ ਕਾਰਨ ਧਰਨੇ ਲਾਉਣ ਦਾ? ਬਾਈ ਜੀ ਕੀ ਨਾਮ ਆ ਤੁਹਾਡਾ? ਮੈਂ ਚਰਨ ਸਿੰਘ ਨੂਰਪੁਰਾ, ਜ਼ਿਲ੍ਹਾ ਪ੍ਰਧਾਨ। ਡੀਸੀ ਦਫ਼ਤਰ ਬਾਅਦ ਧਰਨਾ ਲਾਇਆ, ਕੀ ਕਾਰਨ ਕੀ ਰਿਹਾ ਧਰਨਾ ਲਾਉਣ ਦਾ? ਸਭ ਤੋਂ ਪਹਿਲਾਂ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ, ਜਿੰਨੇ ਵੀ ਨਿਊਜ਼ ਚੈਨਲ ਵਾਲੇ ਹੈਗੇ ਆ ਚੈਨਲ ਵਾਲੇ ਸਾਰੇ ਜਾਣੀ ਲੁਧਿਆਣਾ 'ਚ ਜਦੋਂ ਅਸੀਂ ਕੋਈ ਫੰਕਸ਼ਨ ਕਰਦੇ ਹਾਂ ਤਾਂ ਇਹ ਪੂਰੀ ਦੀ ਪੂਰੀ ਕਵਰੇਜ ਕਰਦੇ ਆ। ਤੁਸੀਂ ਲੇਟ ਆਏ ਹੋ, ਦਰੁਸਤ ਆਏ ਹੋ, ਫਿਰ ਵੀ ਠੀਕ ਆਏ ਹੋ, ਅਤੇ ਤੁਸੀਂ ਸਾਡੀ ਜਿਹੜੀ ਗੱਲ ਇਹ ਸੰਸਾਰ ਪੱਧਰ 'ਤੇ ਉਭਾਰੋਂਗੇ, ਸਾਨੂੰ ਇਸ ਗੱਲ ਦਾ ਪੂਰਾ ਯਕੀਨ ਆ। ਅੱਜ ਦਾ ਜਿਹੜਾ ਇਹ ਧਰਨਾ ਸੀਗਾ, ਪਹਿਲੀ ਗੱਲ ਤਾਂ ਇਹ ਆ ਵੀ ਸਰਕਾਰ ਨੇ 1 ਜੁਲਾਈ ਨੂੰ ਜਿਹੜੇ 3 ਕਾਨੂੰਨ ਲਾਗੂ ਕੀਤੇ ਆ, ਜਿਹੜੇ ਕਿ ਕਾਨੂੰਨ 1947 ਤੋਂ ਪਹਿਲਾਂ ਅੰਗਰੇਜ਼ ਸਰਕਾਰ ਨੇ ਲੋਕ ਭਾਰਤੀ ਲੋਕਾਂ ਨੂੰ ਦਬਾਉਣ ਦੀ ਖਾਤਰ ਲਾਗੂ ਕੀਤੇ ਸੀ ਅਸਮਾਂ ਬੈਸਮਾਂ, ਉਹ ਹੀ ਸਕੂਲ ਕਾਨੂੰਨਾਂ ਦਾ ਇਹ ਇੱਕ ਸੁਧਰਿਆ ਰੂਪ ਆ। ਸਿਰਫ ਮਲੰਬਾ ਕੀ ਚਾੜਿਆ? ਮਲੰਬਾ ਇਹ ਚਾੜਿਆ ਕਿ ਅਸੀਂ ਅੰਗਰੇਜ਼ਾਂ ਦੇ ਬਣਾਏ ਕਾਨੂੰਨ ਨੂੰ ਨਹੀਂ ਮੰਨਦੇ, ਅਸੀਂ ਭਾਰਤ ਦੇ ਬਣਾਏ ਕਾਨੂੰਨਾਂ ਨੂੰ ਲਾਗੂ ਕਰਾਂਗੇ। ਇਹ ਜਿਹੜੇ ਭਾਰਤ ਦੇ ਕਾਨੂੰਨ ਆ, ਸਗਾਂ 'ਤੇ ਇਹਨਾਂ ਨੇ ਕੀਤਾ, ਅੰਗਰੇਜ਼ਾਂ ਦੇ ਕਾਨੂੰਨਾਂ ਦੇ ਵਿੱਚ ਇਹ ਹੁੰਦਾ ਸੀ ਜਦੋਂ ਕਿਸੇ ਵਿਅਕਤੀ ਗ੍ਰਿਫਤਾਰੀ ਹੋ ਜਾਂਦੀ ਸੀ ਤਾਂ 15 ਦਿਨਾਂ ਦੇ ਅੰਦਰ ਅੰਦਰ ਉਸ ਨੂੰ ਪੇਸ਼ ਕਰਨਾ ਪੈਂਦਾ ਸੀ। ਪਰ ਹੁਣ ਕੀ ਕੀਤਾ ਇਹਨਾਂ ਨੇ? ਹੁਣ ਤਾਂ ਇਹਨਾਂ ਨੇ 15 ਦਿਨ ਦੀ ਤੋਂ ਛੱਡ ਇਹਨਾਂ 90 ਦਿਨ ਦਾ ਅਮਲ ਪ੍ਰਾਰੰਭ ਕਰਤਾ ਕਿ 90 ਦਿਨ ਕਿਸੇ ਵਿਅਕਤੀ ਨੂੰ ਫੜ ਕੇ ਜਿੱਥੇ ਮਰਜ਼ੀ ਆ ਖਿੱਚੀ ਪੈਣ, ਜੋ ਮਰਜ਼ੀ ਆ ਤਸੱਦ ਕਰਨ, ਉਹਦੀ ਕੋਈ ਸੁਣਵਾਈ ਨਹੀਂ ਹੋਊ। ਇੱਥੋਂ ਤੱਕ ਕਰਤਾ ਕਿ ਇੱਕ ਹੌਲਦਾਰ ਨੂੰ ਇਹ ਗੱਲ ਲੱਗ ਜਾਵੇ ਕਿ ਆਹ ਵਿਅਕਤੀ ਜਿਹੜਾ ਜਾਂ ਖਤਰਨਾਕ ਲੱਗਦਾ ਜਾਂ ਗਲਤ ਆ ਜਾਂ ਉਹਦੀ ਕਿਸੇ ਨਾ ਉਹ ਚੁਭਦੀ ਹੋਵੇ, ਉਹ ਵਿਅਕਤੀ ਵੀ ਉਸ ਵਿਅਕਤੀ ਨੂੰ ਫੜ ਕੇ ਉੱਥੇ ਪਰਚਾ ਦਰਜ ਕਰ ਸਕਦੇ, ਉਹਦੀ 90 ਦਿਨ ਲਈ ਕੋਈ ਸੁਣਵਾਈ ਨਹੀਂ, ਜਿਹੜਾ ਕਿ ਬਹੁਤ ਹੀ ਖਤਰਨਾਕ ਆ। ਇਸ ਕਰਕੇ ਅਸੀਂ ਇਹਨਾਂ ਕਾਨੂੰਨਾਂ ਦਾ ਵਿਰੋਧ ਕਰਦੇ ਹਾਂ। ਜਦੋਂ ਇਹਨਾਂ ਲਾਗੂ ਕੀਤਾ ਉਸੇ ਦਿਨ ਹੀ ਐਸੇ ਜਗ੍ਹਾ 'ਤੇ ਅਸੀਂ ਧਰਨਾ ਲਾ ਕੇ ਬਕਾਇਦਾ ਸਰਕਾਰ ਨੂੰ ਪ੍ਰੋਟੈਸਟ ਕੀਤਾ ਸੀ ਕਿ ਤੁਹਾਡੇ ਕਾਨੂੰਨ ਇਹ ਜਾਇਜ਼ ਨਹੀਂ, ਅਸੀਂ ਲਾਗੂ ਨਹੀਂ ਹੋਣ ਦੇਵਾਂਗੇ, ਤੁਸੀਂ ਇੱਕ ਦੇਸੀ ਹੋਣ ਦਾ ਮਲੰਮਾ ਚਾੜਿਆ ਅਤੇ ਇਹ ਮਲੰਮਾ ਅਸੀਂ ਲੋਕਾਂ ਨੂੰ ਦੱਸਾਂਗੇ। ਅਸਲ 'ਚ ਇਹ ਕਾਨੂੰਨ ਅੰਗਰੇਜ਼ਾਂ ਨੇ ਪਹਿਲਾਂ ਹੀ ਲਾਗੂ ਕੀਤੇ ਹੋਏ, ਸਿਰਫ ਇਹਨਾਂ ਨੇ ਆਪਾਂ ਨੂੰ ਲੋਕਾਂ 'ਚ ਲਿਜਾਣ ਦੀ ਖਾਤਰ, ਆਹ ਦੇਖੋ ਅਸੀਂ ਅੰਗਰੇਜ਼ਾਂ ਦੇ ਕਾਨੂੰਨ ਰੱਦ ਕਰਤੇ, ਹੁਣ ਅਸੀਂ ਇੰਡੀਆ ਸਰਕਾਰ ਜਿਹੜੀ ਆ ਭਾਰਤ ਦੀ ਸਰਕਾਰ ਜਿਹੜੀ ਹੈ ਇਹ ਕਾਨੂੰਨ ਲਾਗੂ ਕਰਨ ਜਾ ਰਹੀ ਹੈ। ਮਤਲਬ ਤੁਹਾਡੇ ਕਹਿਣ ਦਾ ਮਤਲਬ ਇਹ ਕਿ ਜਿਹੜਾ ਜਿਹੜੇ ਨਵਾਂ ਕਾਨੂੰਨ ਲਾਗੂ ਕੀਤਾ ਉਹ ਸਹੀ ਨਹੀਂ ਹੈ? ਬਿਲਕੁਲ ਜੀ, ਮੈਂ ਤੁਹਾਨੂੰ ਦੱਸਿਆ ਵੀ ਇੱਕ ਤਾਂ ਵਿਅਕਤੀ ਫੜ ਲਿਆ 15 ਦਿਨ ਲਈ ਉਹਨੂੰ ਜੇਲ੍ਹ 'ਚ ਰੱਖ ਸਕਦੇ ਸੀ, ਅਤੇ ਹੁਣ ਉਹੀ ਵਿਅਕਤੀ ਹੈ
ਉਸ ਬੈਗ ਨੂੰ ਇੱਕ ਹੌਲਦਾਰ ਇੱਕ ਥਾਣੇਦਾਰ ਫੜ ਸਕਦਾ ਅਤੇ ਉਹ 'ਤੇ ਕੇਸ ਮੜ ਸਕਦਾ ਅਤੇ ਉਸ ਬੈਗ ਨੂੰ 90 ਦਿਨ ਲਈ ਜੇਲ੍ਹ 'ਚ ਰੱਖਣਾ, ਜੇਲ੍ਹ 'ਚ ਨਹੀਂ ਵੀ ਜਾਣੀ ਥਾਣਿਆਂ 'ਚ ਉਹਦੇ ਗੇੜੇ ਖੁਆਏ ਜਾਣਗੇ। ਬਹੁਤ ਖਤਰਨਾਕ ਕਾਨੂੰਨ ਆ, ਬਹੁਤ ਜ਼ਾਲਮੀ ਕਾਨੂੰਨ ਆ। ਇੱਥੋਂ ਅੱਜ ਕਾਂਗਰਸ ਦੇ ਇੱਕ ਵਿਧਾਇਕ, ਸਾਬਕਾ ਵਿਧਾਇਕ ਕੁਲਦੀਪ ਸਿੰਘ ਬੈਦ ਵੀ ਇਹ ਗੱਲ ਕਹਿ ਕੇ ਗਿਆ ਕਿ ਇਹ ਕਾਨੂੰਨ ਖਤਰਨਾਕ ਨੇ, ਇਹ ਕਾਨੂੰਨ ਰੱਦ ਹੋਣੇ ਚਾਹੀਦੇ, ਅਸੀਂ ਤੁਹਾਡਾ ਸਮਰਥਨ ਕਰਦੇ ਹਾਂ। ਇਹ ਸਟੇਜ 'ਤੇ ਅੱਜ ਕਹਿ ਗਏ ਆ, ਔਰ ਇਹ ਵੀ ਕਹਿ ਗਏ ਆ ਕਿ ਕਾਨੂੰਨ ਤੁਹਾਡੇ 'ਤੇ ਵੀ ਲਾਗੂ ਹੋਣੇ, ਸਾਡੇ 'ਤੇ ਵੀ ਲਾਗੂ ਹੋਣੀ ਆ। ਬਿਲਕੁਲ ਕਲੀਅਰ ਆ ਕਿ ਕਾਨੂੰਨ, ਇਹਨਾਂ ਕਾਨੂੰਨਾਂ ਤੋਂ ਕੋਈ ਪੱਤਰਕਾਰ, ਕੋਈ ਬੁੱਧੀਜੀਵੀ, ਕੋਈ ਹੋਰ ਲੇਖਕ ਬਚ ਨਹੀਂ ਸਕਦਾ ਜਿਹੜਾ ਸਰਕਾਰ ਵਿਰੋਧੀ ਕੋਈ ਨਾ ਕੋਈ ਕੰਮ ਕਰੂਗਾ। ਅਤੇ ਹੁਣ ਮੰਗ ਪੱਤਰ ਦੇ, ਕੀ ਮੰਗ ਪੱਤਰ ਦੇਣਾ ਹੈ ਉੱਥੇ? ਅਸੀਂ ਮੰਗ ਪੱਤਰ ਦੇ ਦਿੱਤਾ ਕਿਉਂਕਿ ਮੰਗ ਪੱਤਰ ਅਸੀਂ ਮੌਜੂਦਾ ਕੇਂਦਰ ਸਰਕਾਰ ਦੀ ਵਿਰੋਧੀ ਪਾਰਟੀ ਨੂੰ ਦੇਣੇ ਸੀ, MLA MP ਨੂੰ। ਉਹਨਾਂ ਨੂੰ ਅਸੀਂ ਮੰਗ ਪੱਤਰ ਦੇ ਦਿੱਤੇ ਆ। ਅਸੀਂ ਅੱਜ ਦਾ ਬੈਨੂ ਮਿਥਿਆ ਸੀ ਕਿ ਇਹ ਰਾਜਾ ਬੜਿੰਗ ਨੂੰ ਮੰਗ ਪੱਤਰ ਦੇਵਾਂਗੇ। ਰਾਜਾ ਬੜਿੰਗ ਨੇ ਡਿਊਟੀ ਲਾਈ ਕੁਲਦੀਪ ਸਿੰਘ ਬੈਦ ਦੀ, ਅਸੀਂ ਕੁਲਦੀਪ ਸਿੰਘ ਬੈਦ ਨੂੰ ਮੰਗ ਪੱਤਰ ਦੇ ਕੇ ਉਹਨਾਂ ਤੋਂ ਇਹ ਆਹ ਜਿਤਾਈ ਆ ਅਤੇ ਉਹਨਾਂ ਨੂੰ ਅਖਵਾਇਆ ਕਿ ਤੁਸੀਂ ਹੂਬ ਹੂਬ ਸਾਡਾ ਇਹ ਮੰਗ ਪੱਤਰ ਲੋਕ ਸਭਾ ਜਾ ਕੇ ਪੜ੍ਹੋਗੇ ਅਤੇ ਉੱਥੇ ਗੱਲ ਰੱਖੋਗੇ, ਬਕਾਇਦਾ ਦੱਸੋਗੇ ਕਿ ਹਾਂ ਲੁਧਿਆਣੇ ਦੇ ਆਹ ਮੰਗ ਪੱਤਰ ਆਹ ਫਲਾਨਿਆਂ ਨੇ ਦਿੱਤਾ ਸੀ ਅਤੇ ਉਹਦੇ ਬਾਰੇ ਅਸੀਂ ਆਹ ਕਹਿਣਾ ਚਾਹੁੰਦੇ ਹਾਂ ਕਿ ਹਾਂ ਬਿਲਕੁਲ ਤੁਹਾਡੇ ਕਾਨੂੰਨ ਵੀ ਗਲਤ ਆ, ਕਿਸਾਨਾਂ ਦੀਆਂ ਮੰਗਾਂ ਵੀ ਜਾਇਜ਼ ਆ। ਸੋ ਬਿਲਕੁਲ, ਇਹ ਤਸਵੀਰਾਂ ਨੇ ਕਿਸਾਨਾਂ ਦੀਆਂ, ਭਾਰਤ ਯੂਨੀ ਕਿਸਾਨਾਂ, ਚਰਨਜੀਤ ਸਿੰਘ ਨਾਮ ਇਹਨਾਂ ਦਾ। ਤੋ ਇਹਨਾਂ ਨੇ ਇਹ ਮੰਗ ਇਹ ਹੈ ਕਿ ਇਹਨਾਂ ਨੇ ਮੰਗ ਪੱਤਰ ਇਹ ਦਿੱਤਾ ਕਿ ਜਿਹੜੇ ਕਿ ਭਾਰਤ ਜਿਹੜੇ ਕਿ ਕਾਨੂੰਨ ਜਿਹੜੇ ਲਾਗੂ ਹੋਏ ਨਵੇਂ ਉਹ ਸਾਰਾਸਰ ਗਲਤ ਨੇ, ਸਾਰਾਸਰ ਠੀਕ ਨਹੀਂ ਹੈਗੇ ਨੇ ਅਤੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕੀ ਹੈ ਉਹਨਾਂ ਨੂੰ ਕਿਹਾ, ਇਹਨਾਂ ਨੇ ਕਿਹਾ ਗਿਆ ਕਿ ਕੁਲਦੀਪ ਸਿੰਘ ਬੈਦ ਨੂੰ ਜਿਹੜਾ ਕੀ ਹੈ ਕਾਂਗਰਸ ਦੇ ਲੀਡਰ ਨੇ, ਉਹਨਾਂ ਨੂੰ ਕਿਹਾ ਗਿਆ ਕਿ ਸਾਡੀ ਆਵਾਜ਼ ਜਿਹੜੀ ਹੈ ਲੋਕ ਸਭਾ ਦੇ ਵਿੱਚ ਰੱਖੀ ਜਾਵੇ ਅਤੇ ਜਿਹੜੇ ਨਵੇਂ ਕਾਨੂੰਨ ਨੇ ਉਹਨਾਂ ਨੂੰ ਰੱਦ ਕੀਤਾ ਜਾਵੇ ਕਿਉਂਕਿ ਇਹ ਕਾਨੂੰਨ ਠੀਕ ਨਹੀਂ ਹੈਗੇ ਨੇ। ਅਤੇ ਹੁਣ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਕਿ ਇਹ ਜਿਹੜੇ ਨਵੇਂ ਕਾਨੂੰਨ ਆ ਸਹੀ ਹੈਗੇ ਕਿ ਨਹੀਂ ਹੈਗੇ, ਅਤੇ ਆਉਣ ਵਾਲੇ ਸਮੇਂ 'ਚ ਪਤਾ ਲੱਗੇ। ਤੁਹਾਡੀ ਕੀ ਰਾਏ ਸਾਨੂੰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਿਓ। ਜੁੜੇ ਹੋਏ ਰੋਜ਼ਾਨਾ ਲਾਈਵ ਦੇ ਨਾਲ ਹਨੀ ਜਿਹੜਾ ਯੂਮੀ ਰਿਪੋਰਟ, ਧੰਨਵਾਦ।